ਕੋਟਾਵਾਂ ਟੱਲੇ ਮੁੜਦਾ ਕੋਈ ਇੰਨਾ ਇਸ ਗੱਲ ਦੇ ਵਿੱਚ ਜ਼ੋਰ ਨਹੀਂ ਆਇਆ ਹਲੇ ਕਿ ਬਾਹਰੋਂ ਬੰਦੇ ਮੁੜ ਰਹੇ ਨੇ ਹਾਂ ਸਲਾਹਾਂ ਬਣਦੀਆਂ ਰਹਿੰਦੀਆਂ ਨੇ ਜਦੋਂ ਬੰਦਾ ਆ ਕੇ ਜਾਂਦਾ ਹੈ ਸਟ्रेस ਹੋ ਜਾਂਦਾ ਉਹਨਾਂ ਨੂੰ ਫਿਰ ਉਹ ਸੋਚਨੇ ਯਾਰ ਪਿੰਡ ਚੱਲੀ ਹੈ ਪੰਜਾਬ ਚ ਦੀ ਹੈਗਾ ਜੀ ਸਟ्रेस ਹੈਗਾ ਉਹਦੇ ਪਿੱਛੇ ਕਾਰਨ ਵੀ ਹੈਗੇ ਨੇ ਪਹਿਲੀ ਗੱਲ ਤਾਂ ਹੁਣ ਦੱਸੇ ਵੀ ਰੈਸੈਸ਼ਨ ਚੱਲ ਰਿਹਾ ਬੰਦਾ ਚੱਲ ਰਿਹਾ ਮਹਿੰਗਾਈ ਬਹੁਤ ਹੋਈ ਹੋਈ ਹੈ ਜੋ ਮਿਨੀਮਮ ਇਨਕਮ ਹੈ ਉਹ ਖੜੀ ਹੈ ਉਹ ਵਧ ਨਹੀਂ ਰਹੀ ਉਸ ਹਿਸਾਬ ਨਾਲ ਜਿਸ ਤਰ੍ਹਾਂ ਮਹਿੰਗਾਈ ਵਧੀ ਜਾ ਰਹੀ ਹੈ ਬਾਕੀ ਥੋੜਾ ਜਿਹਾ ਸਿਸਟਮੈਟਿਕ ਬੈਰੀਅਰਸ ਆ ਜਾਂਦੇ ਨੇ ਪਾਲਿਸੀਜ਼ ਦੇ ਵਿੱਚ ਪਿਟਫਾਲਸ ਹੈਗੀਆਂ ਨੇ ਉੱਥੇ ਜੋ ਕਿ ਬੰਦੇ ਨੂੰ ਥੋੜਾ ਜਿਹਾ ਸਟ्रेस ਦਿੰਦੀ ਹੈ ਐਂਜ਼ਾਈਟੀ ਦਿੰਦੀਆਂ ਨੇ ਤੇ ਜਦੋਂ ਵਾਧੇ ਆਉਂਦਾ ਫਿਰ ਬੰਦਾ ਕਹਿੰਦਾ ਚੱਲ ਪਿੰਡਾ ਮੋੜ ਚੱਲੀਏ ਪੰਜਾਬ ਚੱਲੀਏ ਤੇ ਕੁਝ ਮੋੜੇ ਵੀ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਲਿਆ ਕੇ ਵੀ ਸਾਹਮਣੇ ਵੀ ਲੈ ਕੇ ਆਏ ਨੇ ਕੁਝ ਪੱਤਰਕਾਰ ਵੀ ਹਨ ਇੰਟਰਵਿਊ ਹੋਈਆਂ ਉਹਨਾਂ ਦੀਆਂ ਬਟ ਜਿਨ੍ਹਾਂ ਨੂੰ ਮਜਬੂਰੀ ਹੈ ਹੁਣ ਤੁਹਾਡੇ ਪਹਿਲਾਂ ਵਾਲੀ ਗੱਲ ਵੀ ਜਿਹੜੇ ਕਿੱਲੇ ਵੇਚ ਕੇ ਗਏ ਹੋਏ ਨੇ ਪਹਿਲੀਆਂ ਵੇਚ ਵੇਚ ਲੰਗੇ ਨੇ ਵਿਚਾਰੇ ਜਿਨ੍ਹਾਂ ਨੇ ਐਸੇ ਲੋਨ ਤੇ ਚੱਕੇ ਹੋਏ ਨੇ they have no other option ਉਹਨਾਂ ਕੋਲੇ ਹੋਰ ਕੋਈ ਹੱਲ ਨਹੀਂ ਸਿਵਾਏ ਉੱਥੇ ਰਹਿ ਕੇ ਸਟਰਗਲ ਕਰਕੇ ਆਪਦੇ ਪੈਸੇ ਕਮਾਉਣ ਤੋਂ ਤੇ ਮੈਨੂੰ ਲੱਗਦਾ ਵੀ ਜੇ ਤਾਂ ਕੰਮ ਐਂ ਚੱਲਦਾ ਰਿਹਾ ਉੱਥੇ ਪਰ ਸੈਸ਼ਨ ਲੰਬਾ ਚੱਲਿਆ ਫਿਰ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਬੰਦੇ ਹੋਰ ਮੁਰਦੇ ਦਿਖ ਸਕਦੇ ਨੇ ਬਟ ਵੈਸਟਰਨ ਕੰਟਰੀਜ਼ ਨੇ ਤੇਜ਼ ਹੁੰਦੀਆਂ ਨੇ ਸੈਸ਼ਨ ਬੜਾ ਲੰਬਾ ਸਮਾਂ ਚੱਲਣ ਨਹੀਂ ਦਿੰਦੀਆਂ ਤੇ ਕਿਵੇਂ ਨਾ ਕਿਵੇਂ ਕਾਬੂ ਕਰਕੇ ਮੈਨੂੰ ਲੱਗਦਾ ਵਧਾਉਣਗੇ ਹੋਰ ਇਮੀਗ੍ਰੇਸ਼ਨ ਇਹ ਵਿਦੇਸ਼ ਫਿਊਚਰ ਸਿਕਯਰ ਕਰਦਾ ਕਿੰਨਾ ਕਮਣਦੇ ਹੋ ਖਾਸ ਕਰਕੇ ਕੈਨੇਡਾ ਦੀ ਗੱਲ ਕਰ ਲਾਂ ਚੇਚਾਤੀ ਮਰੋ ਜਸਵੇਰੇ ਪਿਛਲੇ 25 30 ਸਾਲ ਵੇਖੋ ਜਿਹੜੇ ਆਪਣੇ ਬੰਦਿਆਂ ਨੇ ਛੰਡੇ ਗੱਡੇ ਨੇ ਉੱਥੇ ਜਾ ਕੇ ਵਾਪਸ ਆ ਕੇ ਇੱਥੇ ਵੀ ਕੋਠੀਆਂ ਪਾਈਆਂ ਨੇ ਇੱਥੇ ਵੀ ਕਾਰੋਬਾਰ ਸੈੱਟ ਕੀਤੇ ਆ। ਇਹ ਤਾਂ ਇਹ ਕਹਿੰਦਾ ਵੀ 25 25 ਲੱਖ ਇੱਥੋਂ ਲੱਗ ਸੀ ਕੈਨੇਡਾ ਭੇਜੀ ਜਾਂਦੇ ਉਹ ਪੈਸਾ ਪੰਜਾਬ ਦਾ। ਦੇ ਹੀ ਤੁਸੀਂ ਕੈਨੇਡਾ ਨੂੰ ਜਾਂਦੇ ਹੋ। ਮੈਂ ਤੁਹਾਨੂੰ ਇੱਥੇ ਵਰਲਡ ਬੈਂਕ ਦੀ ਜਾਂ ਇੰਟਰਨੈਸ਼ਨਲ ਮਿਲਿਟਰੀ ਫੰਡ ਦਾ ਇੱਕ ਡਾਟਾ ਦੱਸਦਾ। 2022 ਦੇ ਵਿੱਚ ਇੰਡੀਆ ਦੇ ਵਿੱਚ ਬਾਹਰੋਂ 110 ਬਿਲੀਅਨ ਡਾਲਰ ਆਏ ਨੇ। ਤੇ ਗਏ ਸਿਰਫ 7 ਬਿਲੀਅਨ। ਹੁਣ ਤੁਸੀਂ ਦੱਸੋ ਵੀ ਪੈਸਾ ਜਾ ਰਿਹਾ ਬਾਹਰੋਂ ਕਿ ਆ ਰਿਹਾ ਬਾਹਰੋਂ ਜਦੋਂ ਆਪਾਂ ਆਬਦਾ ਆਲਾ ਦੋਵਾਲਾ ਦੇਖਦੇ ਆ ਤਾਂ ਆਪ ਨੂੰ ਲੱਗਦਾ ਕਿ ਬਾਹਰ ਪੈਸਾ ਜਾਈ ਜਾਂਦਾ ਹੈਗਾ ਪਰ ਜਦੋਂ ਉਹ ਬੱਚਾ ਬਾਹਰ ਜਾ ਕੇ 5 6 ਮਹੀਨਾ ਵਿੱਚ ਵਾਸੀ ਵਾਪਸ ਭੇਜਣ ਲੱਗ ਜਾਂਦਾ ਉਹ ਕੋਈ ਕਾਊਂਟ ਨਹੀਂ ਕਰਦਾ ਫਿਰ ਜਦਕਿ ਵਰਲਡ ਬੈਂਕ ਇਹਨਾਂ ਸਾਰਾ ਦਾ ਡਾਟਾ ਕ੍ਰੀਏਟ ਕਰਦਾ ਹੈ ਇਹ 2022 ਦੇ ਆંકੜੇ ਨੇ ਕਿ 110 ਬਿਲੀਅਨ ਡਾਲਰ ਪੰਜਾਬ ਦੇ ਵਿੱਚ ਸੌਰੀ ਇੰਡੀਆ ਦੇ ਵਿੱਚ ਵਾਪਸ ਆਇਆ ਹੈਗਾ ਕਿੰਨੀ ਵੱਡੀ ਅਮਾਉਂਟ ਵਾਪਸ ਆ ਰਹੀ ਹੈ ਗਈ ਸਿਰਫ 7 ਬਿਲੀਅਨ ਡਾਲਰ ਹੈ 7 ਬਿਲੀਅਨ ओनली ਪੈਸਾ ਰਮੀਟਨਸੇ ਥਰੂ ਵਾਪਸ ਆਉਂਦਾ ਹਮ ਹਰ ਕੋਈ ਬੱਚਾ ਬਾਹਰ ਜਾ ਕੇ ਵਰਕਰ ਬਾਹਰ ਜਾ ਕੇ ਇੰਡੀਆ ਪੈਸੇ ਜ਼ਰੂਰ ਭੇਜਦਾ ਕਿਉਂਕਿ ਪਰਿਵਾਰ ਪਿਛੇ ਬੈਠੇ ਹੁੰਦੇ ਨੇ ਹਮ ਕੋਠੀਆਂ ਵੀ ਪਾਉਂਦੇ ਨੇ ਘਰ ਵੀ ਪਾਉਂਦੇ ਨੇ ਗੱਡੀਆਂ ਵੀ ਲੈ ਕੇ ਦਿੰਦੇ ਆਪਦੇ ਘਰਦਿਆਂ ਨੂੰ ਸੁਪਨੇ ਵੀ ਪੂਰੇ ਕਰ ਦਿੰਦੇ ਨੇ ਸਾਰੇ ਸਾਡੀ ਉਮਰ ਦੀ ਜਵਾਬ ਕਰਦੇ ਨੇ ਹਮ ਤਾਂ ਇਹ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਹਲੇ ਚੀਜ਼ਾਂ 'ਚ ਕਲੈਰਿਟੀ ਨਹੀਂ ਆਈ ਅਸਲ ਵੀ ਬਾਹਰ ਪੈਸਾ ਜਾਈ ਜਾਂਦਾ ਆਉਂਦਾ ਨਹੀਂ ਆਉਂਦਾ ਜੀ ਦੇਖੋ ਆਉਦੇ ਵਾਲੇ ਦਿਵਾਲੇ ਪਿੰਡ ਵੇਖੋ ਆਪਦੇ ਪੈਸਾ ਆ ਹੀ ਜਾਂਦਾ ਹੈ ਕਬੱਡੀ ਕੱਪ ਹੁੰਦੇ ਨੇ ਗਰਾਊਂਡ ਬੰਦਦੇ ਨੇ ਸਭ ਕੁਝ ਹੋ ਹੀ ਜਾਂਦਾ ਹੈ ਆਉਂਦਾ ਪੈਸਾ ਇੱਕ ਚੀਜ਼ ਹੋਰ ਆ ਕਹਿੰਦੇ ਕੈਨੇਡਾ ਬੈਠਣੋਂ ਪੰਜਾਬ ਵਾਲਾ ਜਾਉਂਦਾ ਇੱਥੇ ਆਉਣ ਨੂੰ ਕੋਈ ਘੱਟਾ ਵੀ ਜਿਹੜੀ ਚੀਜ਼ ਦੂਰ ਹੋ ਜਾਂਦੀ ਉਹ ਜ਼ਿਆਦਾ ਆਉਣ ਲੱਗ ਜਾਂਦੀ ਹੈ ਹੈਨਾ ਜਦੋਂ ਆਪਾਂ ਨੂੰ ਤੋਂ ਮੰਨ ਲਿਆ ਗਦਾ ਕਣਕਣੀ ਵਿਖਦੇ ਆਪਦੇ ਵਾਹਨ ਨਹੀਂ ਵਿਖਦੇ ਹਾਂ ਆਪਦੇ ਪਸ਼ੂ ਨਹੀਂ ਵਿਖਦੇ ਹੈਗੇ ਆਪਦੇ ਯਾਰ ਦੋਸਤ ਨਹੀਂ ਦਿਖਦੇ ਮਾਪੇ ਨਹੀਂ ਵਿਖਦੇ ਘਰ ਨਹੀਂ ਵਿਖਦੇ ਤਾਂ ਫਿਰ ਉਹ ਕਮੀ ਖੜਦੀ ਆ ਤਾਂ ਫਿਰ ਉਹ ਅਰਜੰਟੇਲੋਂ ਵਾਲੀ ਗੱਲ ਬਾਈ ਵਾਲੀ ਵੀ ਹਨਾ ਸਵਰਗਾ ਚ ਪੰਜਾਬ ਨਹੀਂ ਹੋਣਾ ਫਿਰ ਪੰਜਾਬ ਦੇ ਜਿੱਤੇ ਆਉਂਦਾ ਹੀ ਹੈ ਹੂੰ ਦਿਲ ਚ ਵਸਿਆ ਰਹਿੰਦਾ ਹੈ ਪਰ ਮਜਬੂਰੀਆਂ ਹੂੰ ਉਹ ਬੰਨੀ ਰੱਖਦੀਆਂ ਬੰਦੇ ਨੂੰ ਉੱਥੇ ਸ਼ਿਫਟਾਂ ਭਲਾਉਂਦੀਆਂ ਨੇ ਸ਼ਿਫਟਾਂ ਵੀ ਮਜਬੂਰੀਆਂ ਚ ਆ ਜਾਂਦੀਆਂ ਬਾਈ ਮਜਬੂਰੀ ਆ ਸ਼ਿਫਟ ਲਾਉਣਾ ਵੀ ਕਾਲਜ ਵੀ ਲਾਉਣਾ ਹੈ ਸ਼ਿਫਟ ਵੀ ਲਾਉਣੀ ਆ ਕੰਮ ਵੀ ਕਰਨਾ ਹੈ ਹਾਂ ਘਰੇ ਵੀ ਕੰਮ ਕਰਨਾ ਆਪਦਾ ਹਾਂ ਇਹ ਮਜਬੂਰੀਆਂ ਬਹੁਤ ਕੁਝ ਭਲਾ ਵੀ ਦਿੰਦੀਆਂ ਨੇ ਬਹੁਤ ਕੁਝ ਬਦਲ ਵੀ ਦਿੰਦੀਆਂ ਨੇ ਹਾਂ ਬਾਕੀ ਜੇ ਬੰਦੇ ਥੋੜਾ ਜਿਹਾ ਜੁੜੇ ਰਹਿਣ ਜ਼ਮੀਨ ਨਾਲ ਆਪਦੀ ਨਾਲ ਫਿਰ ਇਹ ਚੀਜ਼ਾਂ ਦਾ ਅਸਰ ਘੱਟ ਹੁੰਦਾ ਮੈਨੂੰ ਲੱਗਦਾ ਹਾਂ